एक उद्योगपति दे बेटे नूं किडनैप करन दी कोशिश कीती गई है। जी हां, ये मामला अमृतसर दे थाना रणजीत एवन्यू दे है, जिथे अमृतसर शहर दे मशहूर उद्योगपति भाई चतर सिंह जीवन सिंह दे मालक प्रभजीत सिंह दे मालक दे 13 साल दे बेटे दी रात 10 बजे किडनैपिंग करन दी कोशिश कीती गई। जी हां, तुहानूं दस्सी के संबंधी जानकारी दिंदे पीड़ित परिवार ने दस्सिया है कि रात 10 बजे दा समां सी जदों उहनां दा बेटा जिहड़ा KFC तो खाना लैण दे लई गया सी, तां गनीमत रही के गड्डी ऑटोमैटिक सी जिसे चलदे गड्डी नूं लॉक लग गए ते जिहड़े 4 नौजवान आए सी उहनां दे पुत्तर नूं किडनैप करन दे लई तां उह मौके तो फरार हो जाते ने। तो फिलहाल उद्योगपति का कहना है कि सानू हुण पंजाब दे विच डर लगता है, असी पंजाब छड़ दईए जां फिर किते होर चले जाइए। इस नूं लैके उन्होंने मान सरकार नूं सवाल खड़े किए ने। ਮੇਰਾ ਨਾਮ ਪ੍ਰਭਜੀਤ ਸਿੰਘ ਹੈ ਜੀ, ਸਾਡੀ ਫਰਮ ਹੈ ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸਿੰਘ। ਜਿਹੜਾ ਤੁਹਾਡੇ ਬੇਟੇ ਨੂੰ ਕਿਡਨੈਪ ਕੀਤਾ ਸਰ? ਬੇਟਾ KFC ਦੇ ਬਾਹਰ ਉੱਥੇ ਖਾਣਾ ਲੈਣ ਆਇਆ ਅਤੇ ਦੋਵੇਂ ਬੇਟੇ ਸੀ ਮੇਰੇ, ਅਤੇ ਉਹ ਇੱਕਦਮ ਹੀ ਪਿੱਛੋਂ ਦੋ ਬੰਦੇ ਆਏ ਨੇ ਅਤੇ ਦੋ ਅੱਗੇ ਆ ਕੇ ਬਹਿ ਗਏ ਅਤੇ ਬੇਟੇ ਨੂੰ ਗੰਨ ਤੇ ਮੱਥੇ 'ਤੇ ਲਾਤੀ ਉਹਦੇ, ਅਤੇ ਇੱਕ ਨੇ ਉਹਨਾਂ ਨੇ ਮਤਲਬ ਉਹਨੇ ਮੋਢਾ ਮਾਰ ਕੇ ਬਾਹਰ ਨਿਕਲ ਗਿਆ ਅਤੇ ਦੂਜੇ ਨੂੰ ਮੂੰਹ ਬੰਦ ਕਰਕੇ ਦੋ ਪਿੱਛੋਂ ਉਹਨੂੰ ਫੜ ਲਿਆ ਅਤੇ ਉਹਨੂੰ ਭਜਾ ਕੇ ਅਤੇ ਲੈ ਗਏ ਗੱਡੀ। ਗੱਡੀ ਆਟੋਮੈਟਿਕ ਹੋਣ ਕਰਕੇ ਜਾਂ ਜੋ ਵੀ ਹੈ ਉਹਨਾਂ ਨੇ ਇਨ ਆਊਟ ਬੇਕਰੀ ਦੇ ਬਾਹਰ ਜਾ ਕੇ ਗੱਡੀ ਲਾਤੀ। ਉਹਦੇ ਵਿੱਚ ਟਰੈਕਰ ਲੱਗਾ ਹੋਇਆ ਸੀ, ਲੇਕਿਨ ਉਹ ਟਰੈਕਰ ਦੇ ਵਿੱਚ ਜਿਹੜਾ ਹੈਗਾ ਗੱਡੀ ਉਹ ਹੋਣ ਕਰਕੇ ਉਹਨਾਂ ਨੇ ਫਿਰ ਇਨ ਆਊਟ ਦੇ ਬਾਹਰ ਲਾਉਣ ਤੋਂ ਬਾਅਦ ਉੱਥੋਂ ਭੱਜ ਗਏ ਨੇ। ਬੇਟੇ ਨੂੰ ਆਪਣਾ ਬੇਟਾ ਉੱਥੋਂ ਫਿਰ ਵਾਪਸ ਆ ਗਿਆ। ਕੀ ਕਾਰਨ ਜੀ ਵਾਰ ਵਾਰ ਜਿਹੜਾ ਤੁਹਾਡੇ ਫਾਰਮ? ਪਤਾ ਨਹੀਂ ਜੀ, ਕੋਈ ਗਰਮ ਖਿਆਲੀ ਗਰੁੱਪ ਵੀ ਸਾਡੇ ਮਗਰ ਲੱਗੇ ਹੋਏ ਨੇ, ਕੁਛ ਹੋਰ ਵੀ ਰਡਾਰ 'ਤੇ ਸਾਨੂੰ ਆਪ ਸਮਝ ਨਹੀਂ ਆ ਰਹੀ ਜੀ। ਅਸੀਂ ਗੌਰਮੈਂਟ ਨੂੰ 50-100 ਈਮੇਲ CM ਸਾਹਿਬ ਨੂੰ, DGP ਸਾਹਿਬ ਨੂੰ, ਕਮਿਸ਼ਨਰ ਸਾਹਿਬ ਨੂੰ, ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਅਸੀਂ ਆਪ ਬੜੇ ਪਰੇਸ਼ਾਨ ਹਾਂ ਜੀ, ਪੰਜਾਬ ਰਹੀਏ ਕਿ ਛੱਡ ਦੇਈਏ? 140 ਸਾਲ ਤੋਂ ਅਸੀਂ ਗੁਰਬਾਣੀ ਦੀ ਸੇਵਾ ਕਰ ਰਹੇ ਹਾਂ ਅਤੇ ਅੱਜ ਸਾਡੇ ਬੱਚਿਆਂ ਨੂੰ ਸਰੇਆਮ ਬੰਦੂਕਾਂ ਦੀ ਨੋਕ 'ਤੇ ਚੁੱਕਿਆ ਜਾ ਰਿਹਾ ਵਾ। ਅਸੀਂ ਪੁਲਿਸ ਨੂੰ ਸ਼ਿਕਾਇਤ ਦੇ ਰਹੇ ਹਾਂ ਜੀ, ਸਾਨੂੰ ਪੁਲਿਸ ਕੋਪਰੇਟ ਕਰ ਰਹੀ, ਪੂਰੀ ਕੋਪਰੇਟ ਕੈਸੀ ਕੋਈ ਗੱਲ ਨਹੀਂ ਪੁਲਿਸ ਵੱਲੋਂ, ਲੇਕਿਨ ਸਾਡੀ ਮੰਗ ਇਹੋ ਹੀ ਹੈ ਜੀ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਇਮੀਡੀਏਟ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੀ ਪਰਿਵਾਰ ਦੀ ਸਿਕਿਉਰਟੀ ਦਾ ਇੰਤਜ਼ਾਮ ਕੀਤਾ ਜਾਵੇ, ਤਾਂ ਹੀ ਅਸੀਂ ਇੱਥੇ ਰਹਿ ਸਕਦੇ ਹਾਂ। ਕੌਣ ਨੇ ਬੰਦੇ ਜਿਹੜੇ ਵਾਰ ਭਰੇ ਆ? ਅਜੇ ਤੱਕ ਪੁਲਿਸ ਨੇ ਪਹਿਲੀ ਵੀ ਨਹੀਂ ਕੋਈ ਕਾਰਵਾਈਆਂ ਵਿੱਚ ਸਾਨੂੰ ਦੱਸਿਆ ਜੀ ਕਿ ਕੌਣ ਆ ਬੰਦੇ, ਲੇਕਿਨ ਸਾਡੇ ਗਰਮ ਖਿਆਲੀ ਗਰੁੱਪ ਪਹਿਲਾਂ ਹੀ ਚੱਲ ਰਹੇ ਨੇ ਸਾਡੀ ਫਰਮ ਦੇ, ਮਗਰ ਟਾਰਗੇਟ ਹਮੇਸ਼ਾ ਹੀ ਹੈ ਸਾਡੀ ਫਰਮ ਟਾਰਗੇਟ ਹੁੰਦੀ ਆ, ਕੋਈ ਤਵੱਜੋ ਨਹੀਂ ਦੇ ਰਹੇ, ਕੋਈ ਕੁਛ ਨਹੀਂ ਕਰ ਰਹੇ। ਅਸੀਂ ਇਹੀ ਮੰਗ ਕਰਦੇ ਹਾਂ ਜੀ, ਜੇ ਪੰਜਾਬ ਸਰਕਾਰ ਸਾਡੀ ਕਰ ਸਕਦੀ ਆ ਸਿਕਿਉਰਟੀ ਦੀ ਸੇਫਟੀ ਤਾਂ ਠੀਕ ਆ, ਨਹੀਂ ਤਾਂ ਅਸੀਂ ਪੰਜਾਬ ਛੱਡਣ ਨੂੰ ਤਿਆਰ ਹਾਂ ਜੀ। ਅਸੀਂ ਕਿੱਥੋਂ ਮਿਲਿਆ ਜੀ ਤੁਹਾਨੂੰ ਬੇਟਾ? ਸਾਨੂੰ ਉੱਥੋਂ ਇਨ ਆਊਟ ਬੇਕਰੀ 'ਤੇ ਹੀ ਉਹਨੂੰ ਛੱਡ ਗਏ, ਉਹ ਵਾਪਸ ਗੱਡੀ ਚਲਾ ਕੇ ਉੱਥੇ ਮੌਕੇ 'ਤੇ ਹੀ KFC ਦੇ ਬਾਹਰ ਆ ਗਿਆ ਰਣਜੀਤ ਨੂੰ। ਜਿੱਦਾਂ ਪਿਛਲੇ ਦਿਨੇ ਵੀ ਘਟਨਾਵਾਂ ਵਾਪਰੀਆਂ, ਹਾਂਜੀ, ਉੱਥੇ ਫੈਕਟਰੀ ਦੇ ਵਿੱਚ, ਹਾਂਜੀ, ਕੀ ਲੱਗਦਾ ਤੁਹਾਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ? ਕੋਈ ਕੁਛ ਨਹੀਂ ਕਹਿ ਸਕਦੇ ਜੀ, ਇਹ ਮਹਾਰਾਜ ਨੂੰ ਹੀ ਪਤਾ ਵਾ, ਕੋਈ ਪੋਸੀਬਿਲਟੀ, ਸਭ ਪੋਸੀਬਿਲਟੀ ਹੈ ਜੀ, ਉਹਨੂੰ ਵੀ ਜੋੜ ਸਕਦੇ ਹਾਂ। ਪਿੱਛੇ ਮੇਰੇ ਬ੍ਰਦਰ ਦੀ ਰੇਕੀ ਉੱਥੇ ਹੋਈ ਆ, ਉਹਨਾਂ ਵੀ ਹਿੰਦੂ ਮੁਸਲਮਾਨ ਦਾ ਵੀ ਮਸਲਾ ਬਣਾ ਦਿੰਦੇ ਨੇ, ਮਤਲਬ ਇਹ ਕੋਈ ਨਾ ਕੋਈ ਸਾਡੀ ਫਰਮ ਨੂੰ ਡੀਗ੍ਰੇਡ ਕਰਨ ਦੀ ਚਾਲਾਂ ਚੱਲੀ ਜਾ ਰਹੇ ਨੇ, ਆਈਦਾ ਨਹੀਂ ਚੱਲ ਰਹੇ, ਕਈ ਸਾਲਾਂ ਤੋਂ ਚੱਲ ਰਹੇ ਨੇ। ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਮੀਡੀਏਟ ਸਿਕਿਉਰਟੀ ਦੇਣ ਦਾ ਪ੍ਰਬੰਧ ਕਰ ਸਕਦੇ ਨੇ ਤਾਂ ਅਸੀਂ ਇੱਥੇ ਰਹਾਂਗੇ, ਨਹੀਂ ਤਾਂ ਅਸੀਂ ਜਦੋਂ ਕਹਿਣ ਅਸੀਂ ਇੱਥੋਂ ਪੰਜਾਬ ਛੱਡਣ ਨੂੰ ਤਿਆਰ ਹਾਂ ਜੀ, ਅਸੀਂ ਬਹੁਤ ਪਰੇਸ਼ਾਨ। ਅਪੀਲ ਕੀ ਕਰਨਾ ਚਾਹੁੰਦੇ ਜੀ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ, ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਕਿਹਾ ਜੀ ਅਫਸਾਸ 'ਤੇ ਜੋ? ਹਾਂਜੀ, ਉਹ ਆਏ ਮੌਕੇ 'ਤੇ ਵਿਰਕ ਸਾਹਿਬ ਆਏ ਨੇ, ਖੋਸਾ ਸਾਹਿਬ ਆਏ ਨੇ, ਉਹਨਾਂ ਨੇ ਮੌਕੇ 'ਤੇ ਗਏ ਨੇ, ਉਹਨਾਂ ਨੇ ਵੇਖਿਆ ਹੋਇਆ, ਪਰਚਾ ਦਰਜ ਕਰਨ ਲੱਗੇ ਨੇ, ਅਤੇ ਬਾਕੀ ਕਹਿੰਦੇ ਭਰੋਸਾ ਉਹਨਾਂ ਨੇ ਦਵਾਇਆ ਸਾਨੂੰ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ, ਬਾਕੀ ਹੁਣ ਜੋ ਹੋਏਗਾ ਕਿ ਉਹ ਪਤਾ ਨਹੀਂ। ਤੁਹਾਨੂੰ ਧਮਕੀਆਂ ਆ ਰਹੀਆਂ ਨੇ, ਉਹ ਕਿੰਨੀ ਦੇਰ ਤੋਂ ਸਿਲਸਿਲਾ ਚੱਲ ਰਿਹਾ? ਕਈ ਸਾਲਾਂ ਤੋਂ ਹੈ ਜੀ। ਉਹਦਾ ਕੀ ਪਲੇਟਫਾਰਮ, ਕੀ ਫੋਨ ਕਰਦੇ ਨੇ, ਈਮੇਲ ਕਰਦੇ ਨੇ? ਨਹੀਂ, ਸਾਨੂੰ ਆਪਣਾ ਸਾਡੀ ਦੁਕਾਨ ਦੇ ਬਾਹਰ ਹੀ ਆ ਜਾਂਦੇ ਨੇ, ਕੋਈ ਸਾਡੇ ਫੈਕਟਰੀ ਦੇ ਮਿਲੇ ਭਗਤ ਨਾਲ ਆਉਂਦਾ, ਮਤਲਬ ਹਮੇਸ਼ਾ ਫਰਮ ਨੂੰ ਹੀ ਸਾਡੇ ਟਾਰਗੇਟ ਕੀਤਾ ਜਾਂਦਾ। ਅੱਜ ਤਾਂ ਸਾਰੇ ਆਮ ਹੀ ਬੱਚਿਆਂ ਨੂੰ ਹੀ ਚੁੱਕ ਕੇ ਲੈ ਗਏ ਸਾਡੇ, ਕਿਹੜੇ ਦੋਸ਼ੀ ਆ ਅਸੀਂ ਨਹੀਂ ਕਹਿ ਸਕਦੇ, ਪਰ ਸਾਨੂੰ ਬਸ ਆਪਣੇ ਸਾਡੀ ਜਾਨ ਨੂੰ ਬਚਾਇਆ ਜਾਏ, ਸਾਡੀ ਫਰਮ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਸਾਡੇ ਕੀਤੀ ਜਾਏ। ਅਸੀਂ ਹਾਂਜੀ, ਬੱਚਾ ਇਸ ਵੇਲੇ ਸਾਡੇ ਕੋਲ ਸਹੀ ਸਲਾਮਤ ਵਾਪਸ ਆ ਗਿਆ। ਉਦਰੇ ਸੰਬੰਧੀ SHO ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਮਾਲਕ ਪ੍ਰਭਜੀਤ ਸਿੰਘ ਦੇ ਬੇਟੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸੰਬੰਧੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਛੇਤੀ ਹੀ ਕਾਰਵਾਈ ਅਮਲ 'ਚ ਵੀ ਲਿਆਂਦੀ ਜਾਵੇਗੀ। ਹਾਂਜੀ ਮੈਮ, ਕੀ ਮਾਮਲਾ ਸਾਰਾ ਜੀ ਆਪਣਾ ਜੀ, ਜਿਹੜਾ ਇੱਕ ਬੱਚੇ ਨੂੰ ਕਿਡਨੈਪ ਕਰਕੇ ਲੈ ਕੇ ਗਿਆ? ਇਹ ਫੈਮਿਲੀ ਆਈ ਸੀ, ਭਾਈ ਚਤਰ ਸਿੰਘ ਜੀਵਨ ਸਿੰਘ ਦੀ ਫੈਮਿਲੀ ਆ, ਇਹ ਜੋ ਛਪਾਈ ਦਾ ਕੰਮ ਕਰਦੇ ਆ, ਪੂਰੀ ਫੈਮਿਲੀ ਇੱਥੇ ਰਣਜੀਤ ਐਵਨਿਊ ਖਾਣਾ ਖਾਣ ਆਏ ਸੀ।
दो बच्चे से KFC के सामने सारी फैमिली खाना खाने ली स्टारबक वाली मार्केट से गई सी। ये बच्चे कहते कि असी खाना खान नहीं जाना, ये गड्डी ची बैठे हुए सी। उत्थे चार जड़े व्यक्ति आए हैं जिन्होंने इन्हों की गड्डी स्नैच करने की कोशिश की है। मैडम वो मूँह बन्ने से जा सरदार से जा मोने से इन्ह बच्चों के दसन के अकॉर्डिंग उन्होंने मूँह बन्ने हुए से मोने से। पर तुहानू की लगता किडनैपिंग का मामला या फिर कोई खो का मामला? ये तो वेखो जी तफ्तीश है, जो तफ्तीश अगे दी अगे सामने आएगा उस हिसाब के नाल जो भी है बाद च पता लगेगा। फिलहाल बच्चों के बयान इन्होंने फादर के बयान से जो FIR दर्ज हो रही है। CCTV मैम जी उ हुई है, CCTV कढ़ाई जाएगी, सब कुछ होएगा जी। ये फसल जरा पुलिस का जरा प्रियोरिटी बेस से वर्क हों सारा तुरंत एक्शन जरा करके जरा जल्द तो जल्द दोषियों की भाल की जाएगी। स्काई न्यूज़ पंजाब के लिए अमृतसर तो मनदीप सिंह की रिपोर्ट।